ਤੁਹਾਡੀ ਜ਼ਿੰਦਗੀ ਮਹਿਕੇ ਵਾਂਗ ਗੁਲਾਬਾਂ ਦੇ, ਤੁਹਾਡੀ ਟੌਰ ਹੋਵੇ ਵਾਂਗ ਨਵਾਬਾਂ ਦੇ, ਤੁਹਾਡਾ ਰੁਤਬਾ ਵਾਂਗ ਅਸਮਾਨ ਹੋ ਜੇ, ਅਰਦਾਸ ਜਗਮੀਤ ਦੀ ਇਹ ਪ੍ਰਵਾਨ ਹੋ ਜੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ। ਅੱਜ ਇੱਕ ਐਸੇ ਮਹਾਨ ਕਲਾਕਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਸ ਨੇ ਆਪਣਾ ਪੂਰਾ ਜੀਵਨ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸਮਰਪਿਤ ਕਰਤਾ। ਉਸ ਨੂੰ ਬਹੁਤ ਸਾਰੇ ਲੋਕ ਤੂੰਬੀ ਵਾਲਾ ਸਦੀਕ ਦੇ ਨਾਮ ਨਾਲ ਵੀ ਪੁਕਾਰਦੇ ਆ। ਹਾਂਜੀ, ਮੇਰੀ ਮੁਰਾਦ ਹੈ ਮੁਹੰਮਦ ਸਦੀਕ ਸਾਹਿਬ। ਸੋ ਦੋਸਤੋ, ਆਪਾਂ ਅੱਜ ਮੁਹੰਮਦ ਸਦੀਕ ਸਾਹਿਬ ਜੀ ਦੇ ਜੀਵਨ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹ ਇਸ ਲਾਈਨ ਵਿੱਚ ਕਿਸ ਤਰ੍ਹਾਂ ਐਂਟਰ ਹੋਏ, ਉਹਨਾਂ ਨੇ ਕੀ ਸੰਘਰਸ਼ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰ ਹੋਣ ਲਈ, ਆਪਾਂ ਉਹਦੀ ਪੂਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਅਤੇ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿੰਦਾ ਹਾਂ। ਅਤੇ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਇੰਟਰਸਟਿੰਗ ਗੱਲਾਂ ਸਦੀਕ ਸਾਹਿਬ ਬਾਰੇ ਕਰੂੰਗਾ ਜਿਹੜੀਆਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣੀਆਂ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਹੁਣ ਆਪਾਂ ਮੁਹੰਮਦ ਸਦੀਕ ਸਾਹਿਬ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਮੁਹੰਮਦ ਸਦੀਕ ਸਾਹਿਬ ਦਾ ਜਨਮ ਸੰਨ 1942 ਨੂੰ ਮਾਤਾ ਪ੍ਰਸਿੰਨੀ ਦੇਵੀ ਦੀ ਕੁੱਖੋਂ ਅਤੇ ਮੱਗਰ ਜੀ ਦੇ ਘਰ ਪਿੰਡ ਰਾਮਪੁਰ ਕਟਾਣੀ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਖੇ ਹੋਇਆ। ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ, ਪਰ ਜਦੋਂ ਉਹਨਾਂ ਦੀ ਬਹੁਤ ਛੋਟੀ ਉਮਰ ਸੀ, ਹਜੇ ਤੱਕ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜੇ ਇੱਥੇ ਦੇਸ਼ ਵਿੱਚ ਦੰਗੇ ਹੋਏ, ਬਟਵਾਰੇ ਦੇ ਵੇਲੇ ਰੌਲਾ ਪਿਆ, ਉਸ ਦਾ ਜਿਹੜਾ ਸੰਤਾਪ ਝੱਲਣਾ ਪਿਆ, ਅਤੇ ਉਹਨਾਂ ਦਾ ਪਰਿਵਾਰ ਇੰਡੀਆ ਨੂੰ ਛੱਡ ਕੇ, ਪੰਜਾਬ ਨੂੰ ਛੱਡ ਕੇ ਜਦੋਂ ਉਹ ਪਾਕਿਸਤਾਨ ਜਾਣ ਲਈ ਤਿਆਰ ਹੋਇਆ ਤਾਂ ਉਹਨਾਂ ਦੇ ਮਾਤਾ ਪਿਤਾ ਆਪਣੇ ਬੱਚੇ ਲੈ ਕੇ, ਯਾਨੀ ਕਿ ਜਿਹੜੇ ਸਦੀਕ ਸਾਹਿਬ ਸਨ ਉਹ 6 ਭੈਣ ਭਰਾ ਸੀ ਅਤੇ ਸਦੀਕ ਸਾਹਿਬ ਉਹਨਾਂ 'ਚੋਂ ਸਭ ਤੋਂ ਵੱਡੇ ਸੀ। ਅਤੇ ਜਦੋਂ ਉਹ ਆਪਣਾ ਪਰਿਵਾਰ ਲੈ ਕੇ ਲੁਧਿਆਣਾ ਤੋਂ ਰਾਮਪੁਰ ਕਟਾਣੀ ਪਿੰਡ ਤੋਂ ਉਹ ਮਲੇਰਕੋਟਲਾ ਨੂੰ ਗਏ ਟ੍ਰੇਨ 'ਤੇ ਚੜ੍ਹਨ ਲਈ, ਅਤੇ ਉੱਥੇ ਉਹਨਾਂ ਦੀ ਜਿਹੜੀ ਆ ਟ੍ਰੇਨ ਲੰਘ ਗਈ, ਉਹ ਨਹੀਂ ਜਾ ਸਕੇ, ਅਤੇ ਉਹਨਾਂ ਦਾ ਫਿਰ ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਉਹ ਕੁੱਪ ਕਲਾਂ, ਜਿਹੜਾ ਕਿ ਮਲੇਰਕੋਟਲੇ ਦਾ ਇੱਕ ਪਿੰਡ ਹੈ, ਉੱਥੇ ਜਾ ਵਸਿਆ, ਕਿਉਂਕਿ ਸਦੀਕ ਸਾਹਿਬ ਦੇ ਜਿਹੜੇ ਮਾਤਾ ਜੀ ਸਨ ਪ੍ਰਸਿੰਨੀ ਦੇਵੀ ਜੀ, ਉਹਨਾਂ ਦੇ ਨਾਨਕੇ ਉਸ ਪਿੰਡ ਕੁੱਪ ਕਲਾਂ ਵਿੱਚ ਹੀ ਸਨ, ਅਤੇ ਉਹਨਾਂ ਨੇ ਉੱਥੇ ਆਪਣਾ ਰਹਿਣਾ ਸ਼ੁਰੂ ਕਰ ਦਿੱਤਾ, ਉੱਥੇ ਆਪਣਾ ਘਰ ਬਣਾ ਲਿਆ। ਅਤੇ ਫਿਰ ਸਦੀਕ ਸਾਹਿਬ ਨੇ ਆਪਣੀ ਜਿਹੜੀ ਪ੍ਰਾਇਮਰੀ ਸਕੂਲ ਦੀ ਵਿੱਦਿਆ ਵੀ ਆਪਣੇ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ, ਅਤੇ ਫਿਰ ਉਹ ਅੱਗੇ ਹਾਈ ਸਕੂਲ ਵਿੱਚ ਉਹਨਾਂ ਨੇ ਦਾਖਲਾ ਲਿਆ। ਪਰ ਉਹਨਾਂ ਦੇ ਘਰ ਦੇ ਹਾਲਾਤ ਕੁਝ ਜ਼ਿਆਦਾ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਜਿਹੜੀ ਆਪਣੀ ਪੜ੍ਹਾਈ ਸੀ ਉਹ ਵਿੱਚ ਹੀ ਛੱਡਣੀ ਪਈ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਦੀਕ ਸਾਹਿਬ ਹੋਰੀ 6 ਭੈਣ ਭਰਾ ਸਨ ਅਤੇ ਮੁਹੰਮਦ ਸਦੀਕ ਜੀ ਜਿਹੜੇ ਆ ਸਭ ਤੋਂ ਵੱਡੇ ਸੀ ਪਰਿਵਾਰ ਵਿੱਚ, ਇਸ ਲਈ ਉਹਨਾਂ ਦੇ ਜਿਹੜੇ ਇੱਕ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਉਹ ਆਪਣੇ ਪਰਿਵਾਰ ਲਈ ਕੁਛ ਨਾ ਕੁਛ ਪੈਸੇ ਇਕੱਠੇ ਕਰਨ, ਅਤੇ ਜਿਹੜੇ ਦੂਜੇ ਭੈਣ ਭਰਾ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਮਾਪਿਆਂ ਦਾ ਹੱਥ ਵਟਾਉਣ, ਕਿਉਂਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਆ ਆਰਥਿਕ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਸੀ। ਪਰ ਸਦੀਕ ਸਾਹਿਬ ਜਦੋਂ ਸਕੂਲ ਵਿੱਚ ਸਨ ਤਾਂ ਉਹਨਾਂ ਦੇ ਜਿਹੜੇ ਟੀਚਰ ਸਹਿਬਾਨ ਸੀ ਉਹਨਾਂ ਦੀ ਜਿਹੜੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਅਤੇ ਉਹ ਅਕਸਰ ਹੀ ਸਦੀਕ ਸਾਹਿਬ ਤੋਂ ਗਾਣੇ ਸੁਣਦੇ ਰਹਿੰਦੇ ਸਨ, ਅਤੇ ਉਹ ਉਸਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਵੀ ਕਰਦੇ ਸੀ। ਪਰ ਸਦੀਕ ਸਾਹਿਬ ਆਪਣੇ ਇਸ ਲਾਈਨ ਵਿੱਚ ਆਉਣ ਲਈ ਆਪਣੇ ਆਪ ਨੂੰ ਪੂਰਾ ਕਾਬਿਲ ਬਣਾਉਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਇਹ ਵਿਚਾਰ ਕੀਤੀ ਕਿ ਉਹ ਸਿੰਗਿੰਗ ਨੂੰ ਵਧੀਆ ਢੰਗ ਨਾਲ ਇੱਕ ਉਸਤਾਦ ਧਾਰ ਕੇ ਸਿੱਖਣਗੇ। ਇਸ ਲਈ ਉਹਨਾਂ ਨੇ ਕਲਾਸੀਕਲ ਮਿਊਜ਼ਿਕ ਦੀ ਜਿਹੜੀ ਸਿੱਖਿਆ ਲੈਣੀ ਸ਼ੁਰੂ ਕੀਤੀ, ਅਤੇ ਉਹਨਾਂ ਨੇ ਜਿਹੜੇ ਬਾਕਰ ਹੁਸੈਨ ਸੀ ਮਲੇਰਕੋਟਲਾ ਵਿਖੇ ਰਹਿੰਦੇ ਸਨ, ਉਹਨਾਂ ਨੂੰ ਉਸਤਾਦ ਧਾਰਿਆ। ਪਰ ਇਹ ਉਹਨਾਂ ਦੀ ਜਿਹੜੀ ਮਿਊਜ਼ਿਕ ਨੂੰ ਸਿੱਖਣ ਦੀ ਜਿਹੜੀ ਆਪਣੀ ਸੰਘਰਸ਼ ਸੀ ਉਹ ਵੀ ਕਾਫੀ ਜ਼ਿਆਦਾ ਔਖਾ ਸੀ, ਕਿਉਂਕਿ ਉਹ ਲਗਭਗ ਸੁਬਹਾ 3:30 ਵਜੇ ਉੱਠ ਕੇ ਆਪਣੇ ਉਸਤਾਦ ਜੀ ਕੋਲ ਉਹਨਾਂ ਨੂੰ 4 ਵਜੇ ਜਗਾਉਂਦੇ ਸਨ, ਅਤੇ ਉੱਥੇ ਜਾ ਕੇ ਉਹ ਸਿੱਖਦੇ ਸੀ। ਉਸ ਸਮੇਂ ਕੋਈ ਲਾਈਟ ਦਾ ਇੰਨਾ ਪ੍ਰਬੰਧ ਨਹੀਂ ਹੁੰਦਾ ਸੀ, ਅਤੇ ਸਦੀਕ ਸਾਹਿਬ ਸਾਈਕਲ ਦੇ ਉੱਪਰ ਜਾ ਕੇ ਲਗਭਗ 10 ਤੋਂ 12 ਕਿਲੋਮੀਟਰ ਜਿਹੜੇ ਉਹਨਾਂ ਦੇ ਉਸਤਾਦ ਜੀ ਉੱਥੇ ਰਹਿੰਦੇ ਸਨ, ਉਹਨਾਂ ਦਾ ਘਰ ਸੀ ਬਾਕਰ ਹੁਸੈਨ ਦਾ, ਉੱਥੇ ਉਹ ਸਿੱਖਦੇ ਸੀ। ਸੋ ਉਹਨਾਂ ਨੇ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਸੰਘਰਸ਼ ਕੀਤਾ, ਪਰ ਉਹ ਇਹ ਵੀ ਗੱਲ ਅਕਸਰ ਹੀ ਕਹਿੰਦੇ ਆਪਣੇ ਇੰਟਰਵਿਊਜ਼ ਵਿੱਚ ਕਿ ਜਿਹੜਾ ਮੈਂ 4 ਵਜੇ ਜਾ ਕੇ ਸਿੱਖਦਾ ਸੀ ਉਹਨਾਂ ਤੋਂ, ਮਿਊਜ਼ਿਕ ਦੀ ਤਾਲੀਮ ਲੈਂਦਾ ਸੀ, ਸਿੱਖਿਆ ਲੈਂਦਾ ਸੀ, ਉਸਨੇ ਮੈਨੂੰ ਇੰਨਾ ਪੱਕਾ ਕਰਤਾ ਕਿ ਮੈਂ ਕਿਸੇ ਵੀ ਸਟੇਜ 'ਤੇ ਖੜਾ ਕਦੇ ਵੀ ਮੇਰਾ ਸੁਰ ਨਹੀਂ ਖਰਾਬ ਹੋਊਗਾ, ਮੈਂ ਵਧੀਆ ਤੋਂ ਵਧੀਆ ਪਰਫਾਰਮੈਂਸ ਦਿੰਦਾ। ਅਤੇ ਉਹ ਆਪਣੇ ਉਸਤਾਦ ਜੀ ਦੇ ਅਸ਼ੀਰਵਾਦ ਸਦਕਾ ਹੀ ਅੱਜ ਇੰਨੀ ਉੱਚੀ ਬੁਲੰਦੀ 'ਤੇ ਪਹੁੰਚੇ ਆ। ਜੇ ਦੋਸਤੋ ਉਹਨਾਂ ਦੀ ਆਪਾਂ ਮੈਰਿਜ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 6 ਬੇਟੀਆਂ ਨੇ ਜਨਮ ਲਿਆ। ਇਸ ਤੋਂ ਬਿਨਾਂ ਦੋਸਤੋ ਜੇ ਉਹਨਾਂ ਦੇ ਫੈਮਿਲੀ ਪਿਛੋਕੜ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਚਾਚਾ ਜੀ ਸਨ
ਉਹ ਵੀ ਇੱਕ ਬਹੁਤ ਹੀ ਵਧੀਆ ਫੋਕ ਸਿੰਗਰ ਸਨ। ਉਹਨਾਂ ਨੂੰ ਦੇਖ ਕੇ ਹੀ ਸਦੀਕ ਸਾਹਿਬ ਨੂੰ ਵੀ ਇਸ ਮਿਊਜ਼ਿਕ ਨਾਲ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ। ਇਸ ਲਈ ਉਹਨਾਂ ਨੇ ਵੀ ਸੋਚ ਲਿਆ ਸੀ ਕਿ ਮੈਂ ਵੀ ਵੱਡਾ ਹੋ ਕੇ ਇੱਕ ਬਹੁਤ ਵਧੀਆ ਕਲਾਕਾਰ ਬਣਨਾ। ਤਾਂ ਕਰਕੇ ਹੀ ਫਿਰ ਸਦੀਕ ਸਾਹਿਬ ਜਿਵੇਂ ਆਪਾਂ ਕਹਿੰਦੇ ਕਿ ਜਦੋਂ ਬੰਦਾ ਕੁਛ ਸੋਚ ਲੈਂਦਾ ਕਿ ਹਾਂ ਮੈਂ ਕੁਛ ਬਣਨਾ ਤਾਂ ਬਣਨਾ ਹੀ ਆ, ਅਤੇ ਫਿਰ ਸਦੀਕ ਸਾਹਿਬ ਦੀ ਉਸੇ ਹੀ ਪ੍ਰੇਰਨਾ ਕਰਕੇ ਸਦੀਕ ਸਾਹਿਬ ਅੱਜ ਆਪਾਂ ਜਾਣਦੇ ਹਾਂ ਕਿ ਵਰਲਡ ਫੇਮਸ ਆ। ਦੋਸਤੋ, ਜਿਵੇਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਮੁਹੰਮਦ ਸਦੀਕ ਸਾਹਿਬ ਨੂੰ ਤੂੰਬੀ ਵਾਲਾ ਸਦੀਕ ਵੀ ਕਹਿੰਦੇ ਆ, ਅਤੇ ਮੈਂ ਤੁਹਾਨੂੰ ਇਸ ਨਾਲ ਰਿਲੇਟਡ ਇੱਕ ਛੋਟੀ ਜਿਹੀ ਸਟੋਰੀ ਜ਼ਰੂਰ ਸੁਣਾਉਣੀ ਚਾਹੂੰਗਾ ਕਿ ਸਦੀਕ ਸਾਹਿਬ ਪਹਿਲਾਂ ਵਾਇਲਨ ਬਹੁਤ ਵਧੀਆ ਵਜਾਉਂਦੇ ਸਨ, ਪਰ ਉਹ ਜਦੋਂ ਇੱਕ ਫੰਕਸ਼ਨ 'ਤੇ ਕਿਤੇ ਵਾਇਲਨ ਵਜਾ ਰਹੇ ਸਨ ਤਾਂ ਲੋਕਾਂ ਨੇ ਉਹਨਾਂ ਦੀ ਵਾਇਲਨ ਵਜਾਉਣ ਨੂੰ ਬਹੁਤ ਜ਼ਿਆਦਾ ਸਲਾਹਿਆ, ਬਹੁਤ ਵਧੀਆ ਉਹਨਾਂ ਲਈ ਵਾਹ ਵਾਹ ਹੋਈ ਉਹਨਾਂ ਨੂੰ, ਪਰ ਉਹਨਾਂ ਨੇ ਕੋਈ ਜ਼ਿਆਦਾ ਪੈਸੇ ਨਹੀਂ ਇਕੱਠੇ ਕਰ ਸਕੇ ਸੀ, ਉਹ ਲੋਕਾਂ ਨੇ ਜ਼ਿਆਦਾ ਉਹਨਾਂ ਦੇ ਪੈਸੇ ਨਹੀਂ ਮਾਰੇ ਉਹਨਾਂ ਨੂੰ ਦਿੱਤੇ ਨਹੀਂ। ਪਰ ਉਸੇ ਫੰਕਸ਼ਨ ਵਿੱਚ ਹੀ ਸਦੀਕ ਸਾਹਿਬ ਨੇ ਦੇਖਿਆ ਕਿ ਇੱਕ ਹੋਰ ਮੁੰਡਾ ਜਿਹੜਾ ਤੂੰਬੀ ਬੜੀ ਵਧੀਆ ਵਜਾਉਂਦਾ ਸੀ, ਲੋਕਾਂ ਨੇ ਉਸ ਨੂੰ ਬਹੁਤ ਸਾਰੇ ਪੈਸੇ ਦਿੱਤੇ, ਇਨਾਮ ਬਹੁਤ ਦਿੱਤਾ, ਅਤੇ ਸਦੀਕ ਸਾਹਿਬ ਨੇ ਫਿਰ ਉਸੇ ਟਾਈਮ ਹੀ ਡਿਸਾਈਡ ਕਰ ਲਿਆ ਕਿ ਯਾਰ ਮੈਂ ਵੀ ਤੂੰਬੀ ਵਜਾਉਣੀ ਸਿੱਖਣੀ ਹੈ ਕਿਉਂਕਿ ਮੈਨੂੰ ਵੀ ਪੈਸੇ ਕਮਾਉਣੇ ਆ, ਮੈਂ ਵੀ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਚਾਹੁੰਦਾ। ਸੋ ਸਦੀਕ ਸਾਹਿਬ ਨੇ ਫਿਰ ਉਸੇ ਸਮੇਂ ਹੀ ਇਹ ਜਿਹੜੀ ਆਪਣੀ ਯੋਜਨਾ ਬਣਾਈ ਕਿ ਉਹ ਅੱਗੇ ਜਾ ਕੇ ਹੁਣ ਤੂੰਬੀ ਨਾਲ ਹੀ ਗਾਣੇ ਗਾਉਣਗੇ ਅਤੇ ਵਧੀਆ ਵਧੀਆ ਤੂੰਬੀ ਵਜਾਉਣੀ ਸਿੱਖਣਗੇ। ਦੋਸਤੋ, ਹੁਣ ਆਪਾਂ ਮੁਹੰਮਦ ਸਦੀਕ ਜੀ ਦੇ ਮਿਊਜ਼ਿਕ ਕਰੀਅਰ 'ਤੇ ਇੱਕ ਝਾਤ ਮਾਰਦੇ ਹਾਂ। ਸਦੀਕ ਸਾਹਿਬ ਨੇ ਆਪਣਾ ਪਹਿਲਾ ਗਾਣਾ ਗਾਇਆ ਸੀ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ, ਜਿਹੜਾ ਗਾਣਾ ਸਵਰਗ ਵਾਸੀ ਇੰਦਰਜੀਤ ਹੁਸੈਨਪੁਰੀ ਸਾਹਿਬ ਨੇ ਲਿਖਿਆ ਸੀ, ਜਿਹੜੇ ਕਿ ਬਹੁਤ ਹੀ ਵਧੀਆ ਰਾਈਟਰ ਸਨ। ਅਤੇ ਦੋਸਤੋ, ਸਦੀਕ ਸਾਹਿਬ ਨੇ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਫੇਮਸ ਫੀਮੇਲ ਸਿੰਗਰ ਸਨ ਉਹਨਾਂ ਨਾਲ ਵੀ ਗਾਣੇ ਗਾਏ, ਜਿਵੇਂ ਨਰਿੰਦਰ ਬੀਬਾ ਜੀ, ਫਿਰ ਸੁਰਿੰਦਰ ਕੌਰ ਜੀ, ਸਵਰਨਲਤਾ ਜੀ, ਰਜਿੰਦਰ ਰਾਜਨ ਜੀ, ਅਤੇ ਪਰ ਉਹਨਾਂ ਦੀ ਜੋੜੀ ਜਿਹੜੀ ਬੀਬਾ ਰਣਜੀਤ ਕੌਰ ਜੀ ਨਾਲ ਬਣੀ। ਲਗਭਗ ਉਹਨਾਂ ਨੇ ਬੀਬਾ ਰਣਜੀਤ ਕੌਰ ਨਾਲ 35 ਤੋਂ 38 ਸਾਲ ਗਾਇਆ, ਅਤੇ ਉਹਨਾਂ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਭਰਵਾਂ ਹੰਗਾਰਾ ਦਿੱਤਾ। ਉਹਨਾਂ ਨੇ ਬਹੁਤ ਸਾਰੇ ਸਟੇਜ ਸ਼ੋਅ ਇਕੱਠਿਆਂ ਨੇ ਕੀਤੇ, ਫਿਰ ਉਹਨਾਂ ਨੇ ਐਲਬਮਸ ਵਿੱਚ ਵੀ ਇਕੱਠਿਆਂ ਗਾਇਆ, ਅਤੇ ਲੋਕਾਂ ਨੇ ਉਹਨਾਂ ਦੇ ਹਰ ਇੱਕ ਗਾਣੇ ਨੂੰ ਦਿਲੋਂ ਪਿਆਰ ਦਿੱਤਾ, ਅਤੇ ਹਰ ਇੱਕ ਗਾਣਾ ਉਹਨਾਂ ਦਾ ਜਿਹੜਾ ਹਿੱਟ ਹੋਇਆ ਸੀ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਸਦੀਕ ਸਾਹਿਬ ਦੇ ਗਾਣੇ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਹੋਏ। ਉਹ ਸਭ ਤੋਂ ਪਹਿਲਾ ਗਾਣਾ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਹਿੱਟ ਹੋਇਆ ਸੀ, ਉਹ ਸੀ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ। ਇਹ ਗਾਣਾ ਉਹਨਾਂ ਨੇ ਬੀਬੀ ਸੁਰਿੰਦਰ ਕੌਰ ਜੀ ਨਾਲ ਗਾਇਆ ਸੀ। ਇਸ ਤੋਂ ਬਿਨਾਂ ਬੱਗੀ ਤਿੱਤਲੀ ਕਮਾਦੋਂ ਨਿਕਲੀ, ਆ ਮੁੰਡਿਆ ਵੇ ਜਰਾ ਬਹਿ ਮੁੰਡਿਆ, ਫਿਰ ਸੌ ਦਾ ਨੋਟ, ਮੇਰਾ ਲੌਂਗ ਗਵਾਚਾ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਫਿਰ ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ, ਖਿੱਚਲਾ ਵੈਰੀਆ, ਕੁੜਤੀ ਮਲਮਲ ਦੀ, ਲੰਮੀ ਸੀਟੀ ਮਾਰ ਮਿੱਤਰਾ, ਲਾਲਾ ਲਾਲਾ ਹੋ ਗਈ, ਅਤੇ ਜੱਟੀ ਮਿਲੀ ਜੱਟ ਨੂੰ। ਇਹ ਗਾਣੇ ਜਿਹੜੇ ਬਹੁਤ ਜ਼ਿਆਦਾ ਹਿੱਟ ਹੋਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਪਰ ਸਦੀਕ ਸਾਹਿਬ ਦੇ ਲਗਭਗ 1200 ਤੋਂ ਵੀ ਵੱਧ ਗਾਣੇ ਜਿਹੜੇ ਰਿਕਾਰਡ ਹੋਏ ਆ, ਅਤੇ ਸਾਰੇ ਗਾਣੇ ਹੀ ਬਹੁਤ ਜ਼ਿਆਦਾ ਫੇਮਸ ਹੋਏ ਸਨ, ਅਤੇ ਲੋਕਾਂ ਨੇ ਬਹੁਤ ਸਲਾਹਿਆ ਸੀ ਇਹਨਾਂ ਗਾਣਿਆਂ ਨੂੰ। ਜੇ ਆਪਾਂ ਸਦੀਕ ਸਾਹਿਬ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸਦੀਕ ਸਾਹਿਬ ਨੇ ਕਾਫੀ ਫਿਲਮਾਂ ਵਿੱਚ ਆਪਣੇ ਗਾਣੇ ਵੀ ਗਾਏ, ਉਹਨਾਂ ਵਿੱਚ ਐਕਟਿੰਗ ਵੀ ਕੀਤੀ। ਜਿਵੇਂ ਉਹਨਾਂ ਦੀ 1981 ਵਿੱਚ ਫਿਲਮ ਆਈ ਸੀ ਜਿਸ ਵਿੱਚ ਉਹਨਾਂ ਨੇ ਕੰਮ ਕੀਤਾ, ਪੁੱਤ ਜੱਟਾਂ ਦੇ, ਫਿਰ ਗੁੱਡੋ ਆਈ ਸੀ 1985 'ਚ, ਪਟੋਲਾ ਮੂਵੀ ਆਈ ਸੀ 1987 'ਚ, ਫਿਰ ਜੱਟ ਜੌਣਾ ਮੋੜ ਜਿਸ ਵਿੱਚ ਉਹਨਾਂ ਨੇ ਚਤਰੇ ਦਾ ਰੋਲ ਕੀਤਾ ਸੀਗਾ, ਗੁੱਗੂ ਗਿੱਲ ਸਾਹਿਬ ਨਾਲ ਇਹ ਮੂਵੀ ਸੀ 1991 ਵਿੱਚ ਆਈ ਸੀ, ਫਿਰ ਤਬਾਹੀ ਮੂਵੀ ਆਈ 1993 ਵਿੱਚ, ਅਤੇ ਦੋਸਤੋ ਜੱਟ ਬੋਆਇਜ਼ ਪੁੱਤ ਜੱਟਾਂ ਦੇ ਜਿਹੜੀ 2013 ਵਿੱਚ ਮੂਵੀ ਆਈ ਸੀ, ਅਤੇ ਇਸ ਮੂਵੀ ਵਿੱਚ ਵੀ ਸਦੀਕ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਸੀ। ਦੋਸਤੋ, ਸਦੀਕ ਸਾਹਿਬ ਨੇ ਪੋਲੀਟਿਕਸ ਵਿੱਚ ਵੀ ਆਪਣੀ ਕਿਸਮਤ ਅਜਵਾਈ, ਅਤੇ ਉਹ ਸਿਟੀ ਭਦੌੜ ਡਿਸਟ੍ਰਿਕਟ ਬਰਨਾਲਾ ਤੋਂ ਅਸੈਂਬਲੀ ਇਲੈਕਸ਼ਨ ਵਿੱਚ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ, ਅਤੇ ਉਹਨਾਂ ਨੇ ਉੱਥੇ ਜ਼ਬਰਦਸਤ ਜਿਹੜੀ ਜਿੱਤ ਹਾਸਲ ਕੀਤੀ ਸੀ। ਸੋ ਦੋਸਤੋ, ਜੇ ਆਪਾਂ ਹੋਰ ਗੱਲਬਾਤ ਕਰੀਏ ਉਹਨਾਂ ਬਾਰੇ ਤਾਂ ਉਹ 1970-80 ਵਿੱਚ ਜਿਹੜੀ ਮੋਸਟ ਫੇਮਸ ਜੋੜੀ ਸੀ ਉਹਨਾਂ ਦੀ ਬੀਬਾ ਰਣਜੀਤ ਕੌਰ ਨਾਲ, ਉਹ ਲੋਕ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਉਹਨਾਂ ਦੇ ਲਾਈਵ ਸ਼ੋਅ ਉਸ ਸਮੇਂ ਬਹੁਤ ਜ਼ਿਆਦਾ ਹੁੰਦੇ ਸਨ, ਅਤੇ ਹਰ ਇੱਕ ਬੰਦਾ ਜਿਹੜਾ ਹੈ ਉਹ ਸਦੀਕ ਸਾਹਿਬ ਦਾ ਫੈਨ ਸੀ। ਦੋਸਤੋ, ਅੱਜ ਕੱਲ੍ਹ ਜਿਹੜੇ ਸਦੀਕ ਸਾਹਿਬ ਆ ਉਹ ਬੀਬੀ ਸੁਰਜੀਤ ਕੌਰ ਨਾਲ ਉਹ ਸਟੇਜ ਦਾ ਕਰਦੇ ਆ, ਅਤੇ ਉਹ ਜਿੰਨਾ ਚਿਰ ਵੀ ਆਉਂਦੇ ਕਿ ਅਸੀਂ ਮੈਂ ਫਿੱਟ ਰਹੂੰਗਾ, ਮੈਂ ਸਟੇਜ ਕਰਦਾ ਰਹੂੰਗਾ, ਲਾਈਵ ਸ਼ੋਅ ਕਰਦਾ ਰਹੂੰਗਾ, ਕਿਉਂਕਿ ਉਹ ਆਪਣੀ ਲਾਈਫ ਵਿੱਚ ਬਹੁਤ ਵੱਡੇ ਸੁਪਨੇ ਰੱਖਦੇ। ਉਹ ਕਹਿੰਦੇ ਕਿ ਮੈਂ ਇੱਕ ਵਧੀਆ ਜਿਹੜੀ ਫਿਲਮ ਆ ਚੰਗਾ ਰੋਲ ਵੀ ਕਰਨਾ ਚਾਹੂੰਗਾ, ਅਤੇ ਉਹਨਾਂ ਦਾ ਇਹੀ ਸੁਪਨਾ ਕਿ ਉਹ ਜਦੋਂ ਤੱਕ ਵੀ ਤੰਦਰੁਸਤ ਰਹਿਣਗੇ ਉਹ ਆਪਣੇ ਲਾਈਵ ਜਿਹੜੇ ਸ਼ੋਅ ਕਰਨੇ ਉਹ ਨਹੀਂ ਛੱਡਣਗੇ, ਉਹ ਆਪਣੇ ਦਰਸ਼ਕਾਂ ਨਾਲ ਆਪਣੇ ਸਰੋਤਿਆਂ ਨਾਲ ਜੁੜੇ ਰਹਿਣਾ ਚਾਹੁੰਦੇ ਆ। ਸੋ ਦੋਸਤੋ, ਆਪਾਂ ਸਾਰੇ ਇਹੀ ਅਰਦਾਸ ਕਰਾਂਗੇ ਕਿ ਸਦੀਕ ਸਾਹਿਬ ਇਸੇ ਤਰ੍ਹਾਂ ਤੰਦਰੁਸਤ ਰਹਿਣ, ਵਧੀਆ ਵਧੀਆ ਜਿਹੜੇ ਗਾਣਿਆਂ ਨਾਲ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਸਰੋਤਿਆਂ ਦੀ ਸੇਵਾ ਕਰਦੇ ਰਹਿਣ, ਅਤੇ ਵਾਹਿਗੁਰੂ ਜੀ ਉਹਨਾਂ ਨੂੰ ਹੋਰ ਲੰਮੀ ਉਮਰ ਬਖਸ਼ਣ। ਅਤੇ ਦੋਸਤੋ, ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਪਰ ਅੰਤ ਵਿੱਚ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ
अजे तक भी नहीं सबसक्राइब किया तो इस वीडियो के नीचे जिहड़ा रैड कलर का सबसक्राइब का बटन आ रहा उससे अपना एक प्यारा जिहा मिठा जिहा क्लिक करके अपना चैनल जरूर सबसक्राइब कर लो, क्योंकि मैं इसे तरह दी वीडियो तुहाडे लई लैके आउंदा रहूँगा। जेकर तुहाडी कोई फरमाइश आ तां तुसीं मैनूं वह भी कमेंट करके दस सकदे हो। इस तो बिना अपना फेसबुक उपर बौली हौली बाबा दे नाम दा पेज बनया होया, तुसीं मैनूं उत्थे मैसेज भी कर सकदे हो, मैं तुहाडा जल्दी तो जल्दी रिप्लाई करन दी कोशिश करूँगा। सो दोस्तो इन्ने शब्दां नाल तुहाडे तों इजाज़त, तुसीं खुश रहो, तंदुरुस्त रहो। वाहिगुरू जी तुहानूं ते तुहाडे परिवार नूं हमेशा चढ़दी कला विच रखण, खुश रखण। सत श्री अकाल जी।